ਮਿੱਟੂ ਖਾਨ ਬਾਰੇ ਵੋਟ ਮੈਂ ਮੰਗਦੇ ਹਾਂ। ਉਹਨਾਂ ਆਖਿਆ ਜੀ ਤੁਸੀਂ ਤੇ ਮੰਗਣੇ ਪਿਆ ਤੇ ਮੈਂ ਇਸ ਗ੍ਰਹਿ ਚ ਉਸ ਬੰਦੇ ਨੇ ਆਪਣੀ ਕੰਪੇਨ ਪੇ ਕਰਨਾ। ਫਿਰ ਇਹਨਾਂ ਮੈਂ ਆਵਾਜ਼ ਦਿੱਤੀ ਜੀ ਪਿੱਛੇ ਮੁੜੋ ਇਹਨਾਂ ਦੀ ਗੱਲ ਸੁਣੋ। ਜਦੋਂ ਮੈਂ ਤਾਰਫ ਥੀਆ ਉਹਨਾਂ ਮੈਂ ਤਾਰਫ ਕਰਾਇਆ, ਉਹਨਾਂ ਆਖਿਆ ਜੀ ਅੱਜ ਤੋਂ 14 ਸਾਲ ਪਹਿਲੇ 12-13 ਸਾਲ ਪਹਿਲੇ ਮੈਂ ਫਤਿਹ ਜੰਗ ਵਿੱਚ ਮੇਰਾ ਹਾਦਸਾ ਹੋਇਆ, ਮੇਰਾ ਐਕਸੀਡੈਂਟ ਹੋਇਆ ਤੇ ਤੁਸਾਂ ਉਸ ਟਾਈਮ ਤਹਿਸੀਲ ਲਾਜ਼ਮ ਆਇਆ, ਤੁਸਾਂ ਮਾਂ ਨਹੀਂ ਜਾਣਦੇ ਹੋ, ਲੇਕਿਨ ਉੱਥੇ ਤੁਸਾਂ ਮੇਰਾ ਮਸਲਾ ਹੱਲ ਕਰਾ ਕੇ ਮੇਰੀ ਪਰੇਸ਼ਾਨੀ ਖਤਮ ਕੀਤਾ ਤੇ ਜਦੋਂ ਤੁਹਾਡਾ ਨਾਮ ਆਇਆ ਮੈਂ ਤੁਹਾਡੇ ਦੱਸੇ ਪੁੱਛੇ ਬਗੈਰ ਤੁਹਾਡੀ ਕੰਪੇਨ ਸ਼ੁਰੂ ਕਰ ਦਿੱਤੀ। ਜਦੋਂ ਇਸ ਤਰ੍ਹਾਂ ਅੱਲਾਹ ਤਾਲਾ ਦੀ ਮਿਹਰਬਾਨੀ ਸ਼ਾਮਲੇ ਹਾਲ ਹੋ ਵਜੇ, ਇਸ ਤਰ੍ਹਾਂ ਇੱਕ ਲੋਕ ਪਿਆਰ ਕਰਨ ਲੱਗ ਪਵਨ ਕਿ ਮੇਰਾ ਤਲਕ ਤੇ ਜੰਮ ਨਾ ਲੇ, ਲੇਕਿਨ ਇਤਨੀ ਬੜੀ ਤਾਦਾਦ ਵਿੱਚ ਤੁਸੀਂ ਇਤਨੇ ਟਾਈਮ ਤੋਂ ਬੈਠੇ ਹੋਏ ਹੋ, ਅਗੋ ਤੁਸਾਂ ਨਜ਼ਰ ਪੈਂਦਾ ਕਿ ਆਉਣ ਵਾਲੇ ਟਾਈਮ ਵਿੱਚ ਇਸ ਪਾਰਟੀ ਦੇ ਇਕਤਦਾਰ ਵੀ ਕੋਈ ਨਹੀਂ, ਲੇਕਿਨ ਤੁਸਾਂ ਆਪਣਾ ਇੱਕ ਜਿਹੜਾ ਦਬੰਗ